जी समीन ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼ ਐਫਐਮ 99.8 ਦੇ ਉੱਤੇ ਸਾਊਥ ਸੈਂਟਰਲ ਯੂਨੀਵਰਸਿਟੀ ਦਾ ਲਾਈਵ ਬ੍ਰਾਡਕਾਸਟ ਕੀਤਾ ਜਾ ਰਿਹਾ ਹੈ ਤੇ ਮੈਨੂੰ ਉਮੀਦ ਹੈ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਸੁਣਦੇ ਹੋਵੋਗੇ ਤੁਹਾਡੀ ਫੀਡਬੈਕ ਦੀ ਸਾਨੂੰ ਬਹੁਤ ਜ਼ਰੂਰਤ ਹੈ ਜਦੋਂ ਕਿਤੇ ਤੁਸੀਂ ਸੁਣੋ ਰੇਡੀਓ ਨੂੰ ਸਾਨੂੰ ਦੱਸੋ ਕਿ ਕਿੱਥੇ ਸੁਣ ਰਹੇ ਹੋ ਕਿਹੜੇ ਇਲਾਕੇ ਸੁਣ ਰਹੇ ਹੋ ਸਾਫ਼ ਸੁਣ ਰਹੇ ਹੋ ਜਾਂ ਕਿਤੇ ਕੋਈ ਇੰਟਰਫੇਸ ਵਗੈਰਾ ਹੋ ਰਹੀ ਹੈ ਵਗੈਰਾ ਵਗੈਰਾ ਤਾਂ ਕਿ ਸਾਡੀ ਮਜ਼ੀਦ ਇਹਨੂੰ ਬਿਹਤਰ ਤੋਂ ਬਿਹਤਰ ਬਣਾਈਏ ਅੱਜ ਸਾਡੇ ਸਟੂਡੀਓ ਵਿੱਚ ਜਨਾਬ ਸਾਡੇ ਸੈਜਦ ਸਾਹਿਬ ਆਏ ਨੇ ਅੱਜ ਮਹਿਮਾਨ ਨਾਲ ਜਨਾਬ ਅਲੀ ਸਾਹਿਬ ਨੂੰ ਸ਼ਰੀਕ ਕੀਤਾ ਸੀ ਉਹ ਕੋਈ ਸਾਡੇ ਸਾਥੀ ਕੋਈ ਥੱਲੇ ਹੋਰ ਉਹਨਾਂ ਨੂੰ ਤੁਹਾਨੂੰ ਪਤਾ ਮੈਨੇਜਰ ਸਾਹਿਬ ਹੁੰਦੇ ਨੇ ਉਹਨੂੰ ਕੰਮ ਵੀ ਪੈਂਦਾ ਅੱਗੇ ਪਿੱਛੇ ਅਤੇ ਉਹਦੇ ਤਸ਼ੀਮ ਲੈ ਗਏ ਨੇ ਅਤੇ ਉਹਨਾਂ ਕੋਲ ਟਾਈਮ ਮਿਲਿਆ ਤਾਂ ਸ਼ਾਇਦ ਫਿਰ ਹਾਜ਼ਰ ਹੋ ਜਾਣਗੇ ਅਤੇ ਇਸ ਵੇਲੇ ਜਨਾਬ ਅਸੀਂ ਦੋਵੇਂ ਬੈਠੇ ਹਾਂ ਫਿਰ ਤੁਹਾਡੀ ਖਿਦਮਤ ਦੇ ਵਿੱਚ ਤੁਸੀਂ ਜਨਾਬ ਹਾਜ਼ਰ ਹੋ ਸਕਦੇ ਹੋ ਟੈਲੀਫੋਨ ਤੁਹਾਨੂੰ ਦਿੱਤਾ ਸੀ 02381980072 ਅਗਰ ਤੁਸੀਂ ਸਾਡਾ ਸਾਥ ਦੇਣਾ ਚਾਹੋ ਤਾਂ ਤੁਸੀਂ ਜਨਾਬ ਬਿਲਕੁਲ ਇਹ ਜਦੋਂ ਸਾਈ ਦਾ ਪ੍ਰੋਗਰਾਮ ਹੋਵੇ ਨਾ ਤਾਂ ਮੈਂ ਤੁਹਾਨੂੰ ਗੱਲਾਂ ਕਰਦਾ ਹਾਂ ਤਾਂ ਵੀ ਤੁਸੀਂ ਟੈਲੀਫੋਨ ਕਰ ਸਕਦੇ ਹੋ ਡਾਇਰੈਕਟ ਤੁਸੀਂ ਵੀ ਬਾਹਰ ਤਾਂ ਮੈਂ ਵੀ ਬਾਹਰ ਪੂਰੀ ਦੁਨੀਆ ਸਾਡੀ ਗੱਲਾਂ ਗੁਫ਼ਤ ਤੋਂ ਸ਼ਰੀਕ ਸੁਣੇ ਸਾਨੂੰ ਸਾਡੀ ਅਤੇ ਪਤਾ ਲੱਗੇ ਲੋਕਾਂ ਨੂੰ ਤੁਸੀਂ ਕਿੱਥੇ ਸੁਣ ਰਹੇ ਹੋ ਤੁਸੀਂ ਕੌਣ ਬੋਲ ਰਹੇ ਹੋ ਵਗੈਰਾ ਵਗੈਰਾ ਗਾਣਾ ਤੁਸੀਂ ਕੋਈ ਸੁਣਨਾ ਹੋਵੇ ਤੁਹਾਡੀ ਵੀ ਪਸੰਦ ਆ ਅਸੀਂ ਪੂਰਾ ਪੂਰਾ ਖਿਆਲ ਰੱਖਦੇ ਹਾਂ ਅਤੇ ਤੁਸੀਂ ਜਨਾਬ ਸਾਨੂੰ ਜ਼ਰੂਰ ਯਾਦ ਕਰੋ ਉਮੀਦ ਕਰਦਾ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇਗਾ ਸ਼ਾਹ ਸਾਹਿਬ ਤੁਹਾਨੂੰ ਕਿਹਦਾ ਲੱਗਾ ਫਿਲਹਾਲ ਬਹੁਤ ਪਿਆਰਾ ਜੀ ਔਰ ਬੜਾ ਮਜ਼ਾ ਆਇਆ ਜੀ ਜੀ ਬਹੁਤ ਖੁਸ਼ ਹਾਂ ਕਿ ਤੁਸੀਂ ਇੱਕ ਐਸੇ ਨੈਚੁਰਲ ਤਰੀਕੇ ਨਾਲ ਪ੍ਰੋਗਰਾਮ ਚਲਾ ਰਹੇ ਹੋ ਮਜ਼ਾ ਆ ਗਿਆ ਅਸਲ ਜੀ ਜ਼ਿਆਦਾ ਖੁਸ਼ੀ ਤਾਂ ਮੈਨੂੰ ਕਿ ਤੁਸੀਂ ਮੇਰੇ ਪ੍ਰੋਗਰਾਮ ਵਿੱਚ ਨਹੀਂ ਆਏ ਜੀ ਮੈਨੂੰ ਖੁਸ਼ੀ ਹੈ ਦੇਖੋ ਮੈਂ ਤੁਸੀਂ ਗੱਲ ਕੀਤੀ ਕਿ ਮੈਂ ਹਾਜ਼ਰ ਹੋਇਆ ਬਹੁਤ ਮਿਹਰਬਾਨੀ ਬੜਾ ਸ਼ੁਕਰ ਹੈ ਤੁਹਾਡਾ ਕਮਾਲ ਤੁਹਾਡੇ 'ਚ ਇਹ ਨੈਚੁਰਲ ਤੁਹਾਡਾ ਟੈਲੈਂਟ ਹੈ ਨਾ ਉਹ ਹੈਗਾ ਇਲਮ ਇਨਸਾਨ ਦਾ ਹਕੀਕਤ ਜੀ ਅਤੇ ਤੁਸੀਂ ਆ ਕੇ ਮੇਰਾ ਵੀ ਇਲਮ ਵਧਾ ਰਹੇ ਹੋ ਅਤੇ ਆਪਣਾ ਵੀ ਮੈਨੂੰ ਥੋੜ੍ਹਾ ਬਹੁਤ ਅਪਡੇਟ ਕਰ ਰਹੇ ਹੋ ਮੈਂ ਤੁਹਾਡਾ ਬਹੁਤ ਬਹੁਤ ਮਸ਼ਹੂਰ ਹਾਂ ਨਹੀਂ ਨਹੀਂ ਮੈਂ ਗ੍ਰੇਟ ਪਲੇਜ਼ਰ ਜੀ ਜੀ ਮੈਨੂੰ ਤਾਂ ਖੁਸ਼ੀ ਹੈ ਜੀ ਜੀ ਕਿ ਮੈਂ ਤੁਹਾਡੇ ਪ੍ਰੋਗਰਾਮ ਵਿੱਚ ਆਏ ਇਤਨਾ ਰਿਚ ਔਰ ਨੈਚੁਰਲ ਵੇ ਆਫ ਤਰੀਕਾ ਥੈਂਕ ਯੂ ਮੈਨੂੰ ਔਰ ਹਰ ਪ੍ਰੋਗਰਾਮ ਵਿੱਚ ਔਰ ਬਹੁਤ ਬਹੁਤ ਖੁਸ਼ੀ ਸ਼ਾਬਾਸ਼ ਦਿੰਦਾ ਕਿਸੇ ਕੋਲ ਕੋਈ ਹੁੰਦਾ ਨਹੀਂ ਇਹਦਾ ਮਤਲਬ ਤੁਹਾਡੇ ਕੋਲ ਕਾਫੀ ਜ਼ਖੀਰਾ ਹੈ ਮੈਂ ਜੀ ਉਹ ਕਿਸੇ ਨੇ ਇੱਕ ਫਿਲਾਸਫਰ ਕੋ ਪੁੱਛਿਆ ਸੀ ਬਾਈ ਤੂੰ ਇੰਨਾ ਤੂੰ ਇੰਨਾ ਕੁਛ ਕਿਸ ਤਰ੍ਹਾਂ ਸਿੱਖਿਆ ਜੀ ਉਸਨੇ ਕਿਹਾ ਬਾਈ ਮੈਂ ਇਸ ਤਰ੍ਹਾਂ ਸਿੱਖਿਆ ਜਿਹੜਾ ਕੋਈ ਬੇਵਕੂਫ ਕਰਦਾ ਸੀ ਉਹ ਮੈਂ ਨਹੀਂ ਸਿਖਾਉਂਦਾ ਸੋਟੀ ਹੈ ਨਾ ਦਿਨ ਬੜਾ ਸੋਹਣਾ ਸੀ ਧੁੱਪ ਸੀ ਜਦੋਂ ਮੈਂ ਆਇਆ ਹੈ ਬੜਾ ਸਫਰੀ ਤੁਹਾਨੂੰ ਲੇਟ ਵੀ ਹੋ ਗਿਆ ਬੜੀ ਮਿਹਰਬਾਨੀ ਤੁਸੀਂ ਮੇਰੇ ਤੋਂ ਵੀ ਪਹਿਲਾਂ ਪਹੁੰਚੇ ਸੀ ਨਹੀਂ ਮੈਂ ਹਮੇਸ਼ਾ ਪ੍ਰੋਗਰਾਮ ਦੇ ਲਈ ਆਦਤ ਹੈ ਪ੍ਰੋਗਰਾਮ ਤੋਂ ਪਹਿਲੇ ਨਾ ਜੀ ਜੀ ਆਪਣੇ ਮੈਂਟਲ ਨੂੰ ਸੈਟਅਪ ਕਰਦਾ ਆਪਣਾ ਚੀਜ਼ ਹਰ ਚੀਜ਼ ਹੈ ਨਾ ਇਹ ਦੇਖੋ ਇਹ ਰੱਖਦਾ ਕੀ ਕਰਨਾ ਕਿਸ ਤਰ੍ਹਾਂ ਬੋਲਣਾ ਕਿੱਥੇ ਸ਼ੁਰੂ ਕਰਨਾ ਇਹ ਅਲੀ ਸਾਹਿਬ ਨੂੰ ਪਤਾ ਇਹ ਵੀ ਅਸੀਂ ਪਹਿਲੇ ਇੱਕ ਦਿਨ ਪਹਿਲੇ ਪਲਾਨਿੰਗ ਕਰਦੇ ਸੀ ਕੱਲ੍ਹ ਅਸੀਂ ਕਰਨਾ ਕੀ ਬੋਲਣਾ ਕੀ ਸੋਹਣੀ ਗੱਲ ਹਾਂਜੀ ਇਸ ਤਰ੍ਹਾਂ ਕਰਦੇ ਸੀ ਇਹ ਤਾਂ ਦੇਖੋ ਨਾ ਕਿਉਂਕਿ ਰਸ਼ ਜਿਹੜਾ ਨਾ ਹੇਸਟ ਇਜ਼ ਵੇਸਟ ਅੰਗਰੇਜ਼ ਕਹਿੰਦੇ ਹੇਸਟ ਇਜ਼ ਵੇਸਟ ਹਾਂ ਜਲਦੀ ਜਿਹੜਾ ਕੰਮ ਕਰੋ ਨਾ ਤੇ ਉਹ ਜਿਵੇਂ ਮੈਂ ਉੱਥੇ ਆਇਆ ਮੈਨੂੰ ਸਹੀ ਨਹੀਂ ਸੀ ਨਹੀਂ ਨਹੀਂ ਫਸ ਗਏ ਸਨ ਫਿਰ ਵੀ ਤੁਸੀਂ ਟਾਈਮ ਤੇ ਪਹੁੰਚ ਗਏ ਇਹ ਵੀ ਵੱਡੀ ਗੱਲ ਹੈ ਇਹ ਦੇਖੋ ਤੁਹਾਨੂੰ ਦੇਖ ਇਹ ਕੁਆਲਿਟੀ ਨਾ ਆਦਮੀ ਦੀ ਹੁਣ ਆਪਣੇ ਆਪਣੇ ਅਹਿਸਾਸ ਹੈ ਇੱਕ ਡਿਊਟੀ ਦਾ ਜੀ ਜੀ ਬੜੀ ਕੁਆਲਿਟੀ ਹੈ ਮਗਰ ਇਹ ਤੁਹਾਨੂੰ ਦੱਸਾਂ ਇਹ ਸਾਈਂ ਦਾ ਦਿਲ ਗਾਰਡਨ ਗਾਰਡਨ ਹੋ ਗਿਆ ਜੈਸਾ ਹੀ ਤੁਹਾਨੂੰ ਦੇਖਿਆ ਸਟੂਡੀਓ 'ਚ ਔਰ ਥੈਂਕ ਯੂ ਵੈਰੀ ਮੱਚ ਦਾ ਉਹ ਤੁਹਾਡੀ ਖਲੂਸ ਹੈ ਨਹੀਂ ਜੀ ਮਾਸ਼ਾਅੱਲਾ ਬੜੀ ਬੜੀ ਮਿਹਰਬਾਨੀ ਤੁਹਾਡੀ ਤੇ ਅਗਲੇ ਚੱਲਦੇ ਗਾਣਾ ਸੁਣਿਆ ਸੀ ਅਸੀਂ ਨੂਰ ਜਾਨ ਦਾ ਹਾਂ ਨੂਰ ਜਾਨ ਦਾ ਤੁਸੀਂ ਪਹਿਲੇ ਕਿਹਾ ਮਿਸਿਸ ਉਹ ਨਹੀਂ ਆਇਆ ਲੇਕਿਨ ਫਿਰ ਵੀ ਸਾਰ ਸਰ ਆਈ ਕੀ ਦਾ ਕੁਛ ਜੀ ਜੀ ਅੱਛਾ ਕਿਹੜਾ ਕਿਹਾ ਸੀ ਦੱਸਿਓ ਮੈਨੂੰ ਯਾਦ ਨਹੀਂ ਮੈਂ ਨਹੀਂ ਪਤਾ ਗਾਣੇ ਦਾ ਮੈਨੂੰ ਤੁਸੀਂ ਕਿਹਾ ਸੀ ਨੂਰ ਜਾਨ ਦਾ ਗਾਣਾ ਆ ਰਿਹਾ ਲੇਕਿਨ ਦੱਸਿਆ ਨਹੀਂ ਕਿਹੜਾ ਸੀ ਅੱਛਾ ਹਾਂ ਚਲੋ ਕੋਈ ਬਾਤ ਨਹੀਂ ਹੁਣ ਸੁਣਦੇ ਸੀ